ਪੰਜਾਬ ਪੰਜਾਬੀ ਅਤੇ ਪੰਜਾਬੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਵ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹਲਕਾ ਦਾਖਾ ਦੇ ਪਿੰਡ ਬੀੜ ਗਾਗੜਾ ਦੇ ਵਿੱਚ ਜੇਕਰ ਬੀੜ ਗਾਗੜਾ ਦੇ ਸਰਪੰਚ ਸਾਹਿਬ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਜੇਰਾ ਗੱਲਬਾਤ ਕਰਦੇ ਹਾਂ ਤਾਂ ਆਪਾਂ ਪਿੰਡ ਦੇ ਸਬੰਧ ਵਿੱਚ ਜਦੋਂ ਸਿਟੀ ਲਾਈਵ ਦੀ ਟੀਮ ਨੇ ਪਿੰਡ ਬੀੜ ਗਾਗੜਾ ਦੇਖਿਆ ਤਾਂ ਇੱਕ ਛੋਟਾ ਜਿਹਾ ਪਿੰਡ ਹੈ ਇਹ ਜੋ ਦੀਵਾਲੀ ਦੀ ਹਟੜੀ ਵਰਗਾ ਆ ਉਹ ਜਿਸ ਦੀ ਸੇਵਾ ਨਿਭਾ ਰਹੇ ਨੇ ਬਤੌਰ ਸਰਪੰਚ ਸਰਦਾਰ ਹਰੀ ਸਿੰਘ ਜੀ ਜੋ ਇਸ ਵਕਤ ਤੁਹਾਡੇ ਰੂਬਰੂ ਹੋਣਗੇ ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਹਰੀ ਸਿੰਘ ਜੀ ਦੇ ਨਾਲ ਉਹਨਾਂ ਦੇ ਪਿੰਡ ਬੀੜ ਗਾਗੜਾ ਦੇ ਵਿਕਾਸ ਸੰਬੰਧਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਹਰੀ ਸਿੰਘ ਜੀ ਆਪਾਂ ਤੁਹਾਡੇ ਪਿੰਡ ਦੀ ਗੱਲਬਾਤ ਕਰੀਏ ਉਸ ਤੋਂ ਪਹਿਲਾਂ ਹਾਂਜੀ ਪੰਜਾਬ ਪੰਜਾਬੀ ਅਤੇ ਪੰਜਾਬੀਤ ਨੂੰ ਮੁੱਖ ਰੱਖਦੇ ਹੋਏ ਆਪਾਂ ਆਪਸ ਵਿੱਚ ਫਤਿਹ ਦੀ ਸਾਂਝ ਬੁਲਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿਕਾਸ ਕੰਮ ਦੀ ਗੱਲਬਾਤ ਤਾਂ ਬਾਅਦ ਵਿੱਚੋ ਕਰਦੇ ਆ ਪਹਿਲਾਂ ਜਿਹੜਾ ਚਾਨਣਾ ਪਾਉ ਆਪਣੀ ਸਰਪੰਚੀ ਬਾਰੇ ਜਦੋਂ ਪਿੰਡ ਬੀੜ ਗਗੜਾ ਦੇ ਲੋਕਾਂ ਨੇ ਤੁਹਾਨੂੰ ਸਰਪੰਚੀ ਦਾ ਮਾਣ ਦਿੱਤਾ ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਸੀ ਅਹੀ ਤਾਂ ਜੀ ਬਹੁਤ ਵਧੀਆ ਮਹਿਸੂਸ ਕੀਤਾ ਜੀ ਬੜਾ ਹੀ ਵਧੀਆ ਕੀਤਾ ਤੁਸੀਂ ਵੜੇ ਚਾਵਾਂ ਨਾਲ ਸਾਨੂੰ ਸਰਪੰਚੀ ਮਿਲੀ ਹੈ ਬੜਾ ਧੰਨਵਾਦ ਕੀਤਾ ਲੋਕਾਂ ਦਾ ਕਿੰਨੀਆਂ ਵੋਟਾਂ ਤੋਂ ਤੁਸੀਂ ਲੀਡ ਕੀਤੀ ਸੀ ਅਸੀਂ ਵੋਟਾਂ ਤੇ ਕੀਤੀ ਜੀ 2000 ਵੋਟਾਂ ਤੇ ਲੀਡ ਕੀਤੀ ਤਿੰਨ ਸਰਪੰਚ ਖੜੇ ਸੀ ਜੀ ਤਿੰਨਾਂ ਚੋਂ 2000 ਤੇ ਕੀਤੀ ਆਪਾਂ ਪਾ ਗੱਲਬਾਤ ਕਰਦੇ ਹਾਂ ਸਰਦਾਰ ਹਰੀ ਸਿੰਘ ਜੀ ਦੇ ਨਾਲ ਉਹਨਾਂ ਦੇ ਪਿੰਡ ਬੀੜ ਗਾਗੜਾ ਦੇ ਸਬੰਧ ਵਿੱਚ ਸਰਪੰਚ ਸਾਹਿਬ ਹੁਣ ਇਹ ਚੱਲਣਾ ਪਾਓ ਜਦੋਂ ਤੁਹਾਡੀ ਸਰਪੰਚੀ ਦੀਆਂ ਚੋਣਾਂ ਹੋਈਆਂ ਤੇ ਉਸ ਸਮੇਂ ਤੁਹਾਡੇ ਪਿੰਡ ਦੀਆਂ ਕੁੱਲ ਵੋਟਾਂ ਕਿੰਨੀਆਂ ਸੀ ਸਾਡੇ ਪਿੰਡ ਦੀਆਂ ਵੋਟਾਂ ਸੀਗੀਆਂ ਜੀ 495 ਵੋਟਾਂ ਸੀਗੀਆਂ ਅਰੇ ਤੁਹਾਡੀ ਝੋਲੀ ਦੇ ਵਿੱਚ ਪਿੰਡ ਵਾਲਿਆਂ ਨੇ ਕਿੰਨੀਆਂ ਵੋਟਾਂ ਪਾਈਆਂ ਸਾਨੂੰ ਪੈ ਗਈ ਜੀ 150 ਵੋਟਾਂ ਪੈ ਗਈਆਂ ਸਰਪੰਚ ਸਾਹਿਬ ਜਦੋਂ ਤੁਸੀਂ ਆਪਣੇ ਪਿੰਡ ਦੀ ਬੱਤੌਰ ਸਰਪੰਚ ਉਹਦਾ ਸਾਹਬਿਆ ਤੇ ਤੁਹਾਨੂੰ ਇਹ ਜਾਣਕਾਰੀ ਸੀ ਕਿ ਤੁਹਾਡੀ ਜਿਹੜੀ ਸਾਬਕਾ ਪੰਚਾਇਤ ਸੀ ਪਿਛਲੇ 5 ਸਾਲ ਦੀ ਉਹਨੂੰ ਪਿਛਲੇ 5 ਸਾਲਾਂ ਚ ਕਿੰਨੀ ਗ੍ਰਾਂਟ ਆਈ ਉਹਨੂੰ ਨੇ ਜੀ ਗ੍ਰਾਂਟ ਕੋਈ ਆਈ ਕਿਉਂ ਪਿਛਲੀ ਸਰਕਾਰ ਨੇ ਅਕਾਲੀ ਸਰਕਾਰ ਨੇ ਉਹਨਾਂ ਨੂੰ ਕੋਈ ਪੈਸਾ ਦਿੱਤਾ ਨਹੀਂ ਉਹਨਾਂ ਨੂੰ ਦਿੱਤਾ ਨਹੀਂ ਜੀ ਉਹਨਾਂ ਨੇ ਉਹਨਾਂ ਨੇ ਜਿਹੜਾ ਪਹਿਲਾਂ ਹੀ ਆਇਆ ਹੋਇਆ ਸੀਗਾ ਬਸ ਉਹੀ ਲਾਇਆ ਜਾਂ ਜਿਹੜਾ ਪੰਚਾਇਤ ਦਾ ਪੈਸਾ ਸੀ ਉਹਨਾਂ ਨੇ ਲਾ ਕੇ ਕੰਮ ਕੰਮ ਚਲਾਇਆ ਤੁਹਾਡੀ ਜਦੋਂ ਪੰਚਾਇਤ ਨੇ ਆਪਣਾ ਕਾਰਜਪਾਲ ਸੰਭਿਆ ਤਾਂ ਪਿਛਲੀ ਪੰਚਾਇਤ ਨੇ ਤੁਹਾਡੇ ਖਾਤੇ ਵਿੱਚ ਕੋਈ ਰਕਮ ਛੱਡੀ ਸੀਗਾ ਜੀ 3 ਲੱਖ ਰੁਪਏ ਦੇਖਣ ਵਾਲੀ ਗੱਲ ਇਹ ਹੈ ਕਿਤੇ ਨਾ ਕਿਤੇ ਜਦੋਂ ਕਈ ਸਰਪੰਚ ਪਿੰਡ ਦੇ ਵਿੱਚ ਜਿੱਥੇ ਪਾਰਟੀ ਬਾਜ਼ੀ ਹੁੰਦੀ ਹੈ ਜਿੱਤੇ ਅਕਾਲੀ ਕਾਂਗਰਸੀ ਇਹ ਪਾਰਟੀ ਬਾਜ਼ੀ ਚੱਲਦੀ ਹੈ ਤਾਂ ਅਕਾਲੀ ਸਰਪੰਚ ਕਹਿ ਆ ਦਿੰਦੇ ਨੇ ਕਿ ਕਾਂਗਰਸੀ ਸਰਪੰਚ ਨੂੰ ਬਹੁਤ ਗਰਾਂਟਾਂ ਆਈਆਂ ਜਾਂ ਫਿਰ ਕਾਂਗਰਸੀ ਸਰਪੰਚ ਕਹਿ ਦਿੰਦੇ ਨੇ ਕਿ ਅਕਾਲੀ ਸਰਪੰਚ ਦੇ ਕਾਰਜਕਾਲ ਦੇ ਵਿੱਚ ਬਹੁਤ ਗਰਾਂਟਾਂ ਆਈਆਂ ਪਰ ਹਰੀ ਸਿੰਘ ਜੀ ਨੇ ਸਾਫ ਸ਼ਬਦਾਂ ਦੇ ਵਿੱਚ ਸਾਬਕਾ ਪੰਚਾਇਤ ਦੇ ਬਾਰੇ ਜੋ ਗੱਲਬਾਤ ਕੀਤੀ ਇਹ ਦਰਸਾਉਂਦੀ ਹੈ ਕਿ ਪਿੰਡ ਬੀੜ ਗਾਗੜਾ ਨੂੰ ਇੱਕ ਸੱਚਾ ਸੁੱਚਾ ਇਮਾਨਦਾਰ ਸਰਪੰਚ ਇਸ ਵਕਤ ਮਿਲਿਆ ਹੋਇਆ ਤੇ ਹਰੀ ਸਿੰਘ ਜੀ ਹੁਣ ਇਹ ਚੰਨਾ ਪਾਉ ਤੁਹਾਡੇ ਪਿੰਡ ਬੀੜ ਗਾਗੜਾ ਦੀ ਪੰਚਾਇਤੀ ਜ਼ਮੀਨ ਕਿੰਨੀ ਆ ਔਰ ਉਸ ਤੋਂ ਆਮਦਨ ਕਿੰਨੀ ਆ ਪੰਚਾਇਤੀ ਜ਼ਮੀਨ ਦੀ ਜਿਹੜੀ ਹੁਣ ਬਹਿਕ ਆ ਇਹ 9 ਕਿੱਲੇ ਤੇ ਕੁਕ ਕਨਾਲਾਂ ਆ 5-4 ਕਨਾਲਾਂ ਜੀ ਸੇ ਬਾਕੀ ਉੱਥੇ ਪਲਾਟਾਂ ਨੂੰ ਛੱਡੀ ਹੋਈ ਆ ਜਗ੍ਹਾ ਜੀ ਯਾਨੀ 11 ਕਿੱਲੇ ਦਾ ਅੰਦਾਜ਼ਾ ਹੈਗਾ ਜੀ ਜੀ ਤੇ ਆਮਦਨ ਕਿੰਨੀ ਆ ਜੀ ਆਮਦਨ ਜੀ ਦਾ 53000 ਤੇ 21 ਗਈ ਆ ਜੀ ਅੱਗੇ ਤਾਂ ਸਸਤੀ ਚੰਦੀ ਰਹੀ 21 ਯਾਨੀ ਬੋਲੀ ਵੱਧ ਕੇ ਹੋਈ ਸੀ ਪਿਛਲੇ ਸਾਲ ਜੀ ਹਾਂ ਇਹ 53000 ਕਿੱਲੇ ਦਾ ਤੁਸੀਂ ਤੇ ਤੁਸੀਂ ਇਹ ਇਹ ਰਕਮ ਤੁਸੀਂ ਪਿੰਡ ਦੇ ਕਿਹੜੇ-ਕਿਹੜੇ ਕੰਮ ਤੇ ਲਗਾਏ ਜਿ ਸਾ ਦੱਸਿਆ ਸੀ ਤੁਸੀਂ ਕਹਿੰਦੇ ਵੀ ਆਂਗਣਵਾੜੀ ਹਾਂਜੀ ਹੈ ਨਾ ਤੇ ਆਂਗਣਵਾੜੀ ਤੇ ਕਿੰਨਾ ਖਰਚਾ ਹੋ ਗਿਆ ਆਂਗਣਵਾੜੀ ਚ ਵੀ ਲੱਗਿਆ ਜੀ 2.5 ਲੱਖ ਰੁਪਈਆ ਜੀ ਇਹ ਲੱਖ ਰੁਪਈਆ ਸੀ ਜਿਹੜੀ ਗਵਰਨਮੈਂਟ ਨੇ ਬਣਾਈ ਆ ਉਹਦੇ ਚ ਪਾਇਆ ਜੀ ਫੇਰ ਆਹ ਜਿਹੜੀਆਂ ਸਫਾਈਆਂ ਸੂਈਆਂ ਕਰਾਉਨੇ ਪਿੰਡ ਦੇ ਨਾਲੇ ਨਾਲੀਆਂ ਦੀਆਂ ਜੀ ਉਹਨਾਂ ਤੇ ਲੱਗਦਾ ਜੀ ਤੇ ਬਾਕੀ ਆ ਤਨਖਾਹ ਦੰਨੇ ਆ ਜਿਹੜੀ ਉਹ ਕੁੜੀ ਉੱਥੇ ਝਾੜੂ ਮਾਰਦੀ ਸਕੂਲ ਚ ਜੀ ਦੋਨਾਂ ਸਕੂਲਾਂ ਦੇ ਬਿੱਲ ਦੰਨੇ ਆ ਜੀ ਬਸ ਇਹ ਜਿਹੜੇ ਖਰਚੇ ਜਿਹੜੇ ਫੋਟੋ ਕਲ ਕਰਤੀਆਂ ਉਹਨਾਂ ਤੇ ਖਰਚੀ ਜਾਣੇ ਜੀ ਅ ਜੇਕਰ ਆਪਾਂ ਗੱਲ ਕਰੀਏ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਗਿਨਾ ਹੈ ਕਿ ਤੁਹਾਡੇ ਪਿੰਡ ਦੇ ਖਰਚੇ ਨੇ ਤੇ ਜੇਕਰ ਆਪਾਂ ਗੱਲ ਕਰੀਏ ਸਫਾਈ ਕਰਮਚਾਰੀਆਂ ਦੀ ਤੇ ਤੁਸੀਂ ਆਪਣੇ ਪਿੰਡ ਦੇ ਵਿੱਚ ਸਫਾਈ ਕਰਮਚਾਰੀ ਰੱਖੇ ਹੋਏ ਨੇ ਜਾਂ ਫਿਰ ਸਾਲ ਦੇ ਠੇਕੇ ਦੇ ਨਾਲ ਪਿੰਡ ਦੀ ਸਫਾਈ ਕਰਵਾਉਂਦੇ ਹੋ ਮੈਂ ਜੀ ਅਸੀਂ ਠੇਕੇ ਤੇ ਹੀ ਕਰਾਉਂਦੇ ਆ ਕੋ ਰੱਖਿਆ ਸੀ ਸਫਾਈ ਵਾਲਾ ਵੇ ਫਿਰ ਘਰਾਂ ਵਾਲੇ ਕਹਿੰਦੇ ਵੀ ਅਸੀਂ ਆਟਾ-ਉਟਾ ਪਾਉਣਾ ਨਹੀਂਗਾ ਵੀ ਅਸੀਂ ਆਪ ਹੀ ਕਰ ਲਿਆ ਕਰਾਂਗੇ ਜੀ ਹੁਣ ਪਸੇ ਉਹ ਜਿਹੜੇ 2 ਸਾਲ ਮਹੀਨੇ ਤੇ ਨਹੀਂ ਕਰਾਉਨੇ ਆ ਉਹ ਨਰੇਗਾ ਵਾਲੇ ਤੋਂ ਕਰਾਉਨੇ ਆ ਜਿਹੜੀ ਸਫਾਈ ਕਰਾਉਨੇ ਆ ਸੀਵਰੇਜ ਦੀ ਉਹ ਅਸੀਂ ਠੇਕਾ ਦੇ ਦਿੰਨੇ ਆ ਜੀ 25000 ਲੱਗ ਜੇ 20 ਲੱਗ ਜੇ ਉਹ ਠੇਕੇ ਤੇ ਕਰਾ ਦੇਨੇ ਆ ਹਰ ਸਾਲ ਠੀਕ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਸੀ ਸਕੂਲ ਦੇ ਵਿੱਚ ਕਿ ਤੁਸੀਂ ਸਫਾਈ ਕਰਮਚਾਰੀ ਨੂੰ ਵੀ ਤਨਖਾਹ ਦਿੰਦੇ ਹੋ ਤੇ ਦੱਸੋ ਕਿ ਤੁਹਾਡੇ ਪਿੰਡ ਦੇ ਜੋ ਸਕੂਲਾਂ ਉਹਦੇ ਵਿੱਚ ਕੋਈ ਬੱਚਾ ਬਤੌਰ ਖਿਡਾਰੀ ਸਾਹਮਣੇ ਆਇਆ ਨਹੀਂ ਜੀ ਹਜੇ ਨੀ ਉਹ ਬੱਚੇ ਨਿਆਣੇ ਹੀ ਆ ਜੀ ਜਿਹੜੇ ਖੇਤ 'ਤੇ ਆ ਜੀ ਜਿਹੜੇ ਖੇਡਣ ਵਾਲੇ ਆ ਉਹ ਤਾਂ ਫਿਰ ਗਗੜੇ ਚਲੇ ਜਾਂਦੇ ਆ ਸਕੂਲ 'ਚ ਜੀ ਗਗੜੇ ਉਹ ਫਿਰ ਪੋਨੇ ਦੇ ਕੋਠੀ ਜਾਂਦੇ ਆ ਉੱਥੇ ਫਿਰ ਪੋਨੇ ਦੇ ਕੋਠਿਆਂ 'ਤੇ ਲੜਦੇ ਆ ਵੀ ਸਾਡੇ ਪਿੰਡ 'ਚ ਕਾਹਤੋਂ ਆ ਆਪਦੇ ਪਿੰਡ 'ਚ ਗਰਾਊਂਡ ਸਦਾਓ ਜੀ ਫਿਰ ਹੁਣ ਅਸੀਂ ਇਹੀ ਕਰਦੇ ਆ ਅਰਜ਼ੀ ਬੇਨਤੀ ਵੀ ਸਾਡੇ ਪਿੰਡ 'ਚ ਗਰਾਊਂਡ ਸਦਾਈ ਆਵੇ ਸਰਪੰਚ ਸਾਹਿਬ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਆ ਖੇਡ ਗਰਾਊਂਡ ਦੀ ਦਰਸ਼ਕਾਂ ਨਾਲ ਇੱਥੇ ਇੱਕ ਗੱਲ ਸਾਂਝੀ ਕਰਨਾ ਚਾਹਾਂਗੇ ਜਿੱਥੇ ਸਰਦਾਰ ਮਨਪੀਰ ਸਿੰਘ ਯਾਗੀ ਜੀ ਇਹ ਦਾਵਾ ਕਰਦੇ ਨੇ ਕਿ ਹਲਕਾ ਦਾਖਾ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਖੇਡਣ ਦੇ ਲਈ ਗਰਾਊਂਡ ਦਿੱਤੇ ਗਏ ਨੇ ਉੱਥੇ ਦੱਸਣਾ ਚਾਹਾਂਗੇ ਪਿੰਡ ਬੀੜ ਗਗੜਾ ਦੇ ਵਿੱਚ ਬੱਚਿਆਂ ਨੂੰ ਖੇਡਣ ਲਈ ਗਰਾਊਂਡ ਨਹੀਂ ਹੈ ਜੇਕਰ ਬੱਚੇ ਨਾਲ ਦੇ ਗਵਾਂਢੀ ਪਿੰਡ ਜਾਂਦੇ ਨੇ ਤਾਂ ਉੱਥੇ ਬੱਚਿਆਂ ਨੂੰ ਤਕਰਾਰਬਾਜੀ ਹੋ ਕੇ ਆਪਣੇ ਪਿੰਡ ਨੂੰ ਵਾਪਸ ਆਣਾ ਪੈਂਦਾ ਆ ਤੇ ਤੁਸੀਂ ਇਸ ਸਬੰਧ ਦੇ ਵਿੱਚ ਤੁਹਾਡੇ ਹਲਕਾ ਇੰਚਾਰਜ ਸੰਦੀਪ ਸੰਧੂ ਜੀ ਨੂੰ ਜਾਣਕਾਰੀ ਦਿੱਤੀ ਹਾਂਜੀ ਹੁਣ ਅਸੀਂ ਉਹਨਾਂ ਨੂੰ ਦੇਣੀ ਆ ਜੀ ਜਾਣਕਾਰੀ ਵੀ ਇਹ ਤੇ ਸਾਡੇ ਬੱਚਿਆਂ ਵਾਸਤੇ ਜ਼ਰੂਰ ਛੱਡਣਾ ਚਾਹੀਦਾ ਬੱਚੇ ਫਿਰ ਉੱਥੋਂ ਬੁੜੇ ਕੀ ਆਉਂਦੇ ਜਦੋਂ ਨਹੀਂ ਵੜਨ ਦਿੰਦੇ ਨਹੀਂ ਤੁਹਾਡੇ ਕੋਲ ਤਾਂ ਇੱਕ ਦੇਖਿਆ ਜਾਵੇ ਪੰਚਾਇਤੀ ਜ਼ਮੀਨ ਹੈ ਤੇ ਤੁਸੀਂ ਆਪਣੀ ਪੰਚਾਇਤੀ ਜ਼ਮੀਨ ਵਿੱਚੋਂ ਖੇਡ ਗਰਾਊਂਡ ਦੀ ਅਰੇਂਜਮੈਂਟ ਕਿਉਂ ਨਹੀਂ ਕੀਤੀ ਹਾਂਜੀ ਹੁਣ ਕਰਨ ਲੱਗੇ ਆ ਜੀ ਰੇਜਮੈਂਟ ਜੀ ਸਾਨੂੰ ਦੇ ਦੇਣਗੇ ਤਾਂ ਫਿਰ ਅਸੀਂ ਜਰੂਰ ਸਦਾਵਾਂਗੇ ਜੀ ਜੀ ਹਾਂਜੀ ਸਾਡੇ ਤਾਂ ਬੱਚੇ ਉੱਥੋਂ ਸਮਾਂ ਮੁੜ ਕੇ ਆਉਂਦੇ ਆ ਕਈ ਉਹਨਾਂ ਦੇ ਮਗਰ ਕੁੱਤੇ ਵੇਲੇ ਲਾਉਂਦੇ ਆ ਹੂੰ ਉੱਥੇ ਵੜਨ ਨਹੀਂ ਦਿੰਦੇ ਜੀ ਹਾਂਜੀ ਇਹੀ ਆ ਜੀ ਬੇਨਤੀ ਕਰ ਰਹੀ ਆ ਵੀ ਸਾਨੂੰ ਗਰਾਊਂਡ ਵੀ ਜਰੂਰ ਛੱਡੀ ਜਾਵੇ ਤਾਂ ਚੰਗੀ ਗੱਲ ਆ ਜੀ ਆ ਉਹ ਗੱਲ ਥੋੜੀ ਜੀ ਹਾਸੇ ਵਾਲੀ ਹੈ ਪਰ ਅਜੀਬ ਵੀ ਲੱਗੀ ਮੈਨੂੰ ਸੁਣ ਕੇ ਜਿਸ ਤਰ੍ਹਾਂ ਦੱਸਿਆ ਜਦ ਮੈਨੂੰ ਪਹਿਲੇ ਇਹ ਦੱਸੋ ਕਿ ਕਿਹੜੇ ਪਿੰਡ ਦੇ ਵਿੱਚ ਜਦੋਂ ਜਾਂਦੇ ਨੇ ਤੇ ਉੱਥੋਂ ਕੁੱਤੇ ਬਿੱਲੇ ਮਗਰ ਲੰਦੇ ਆ ਉਹਨੇ ਦੇ ਕੋਠਿਆਂ ਦੇ ਆ ਜੀ ਜੀ ਉਹਨੇ ਦੇ ਕੋਠਿਆਂ ਨਾਲ ਕੁੱਤੇ ਲੈ ਕੇ ਆਉਂਦੇ ਆ ਸਵੇਰ ਨੂੰ ਜੀ ਉਹ ਫਿਰ ਮੈਨੂੰ ਮੁੰਡੇ ਦੱਸਦੇ ਆ ਵੀ ਸਾਨੂੰ ਕੁੱਤੇ ਬਿੱਲੇ ਮਗਰ ਪਾਉਂਦੇ ਆ ਸਾਡੇ ਜੀ ਸਾਨੂੰ ਭੱਜ-ਭੱਜਦੇ ਆ ਤਾਂ ਕੁੱਤੇ ਛੱਡਦੇ ਆ ਮਗਰ ਪੈਂਦੇ ਆ ਕੁੱਤੇ ਜੀ ਵੀ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਆ ਹੋ ਸਕਦਾ ਬੱਚਿਆਂ ਦੇ ਨਾਲ ਨੂੰ ਮਜ਼ਾਕ ਹੁੰਦਾ ਹੋਵੇ ਕੋਠੇ ਪੌਨੇ ਦੇ ਵਿੱਚ ਕਿਉਂਕਿ ਕੋਠੇ ਪੌਨੇ ਵੀ ਪਿੰਡ ਜਿਹੜਾ ਉਹ ਹਲਕਾ ਦਾਖਾ ਦੇ ਹੀ ਆ ਹੈ ਤਾਂ ਹਲਕਾ ਦਾਖਾ ਦੇ ਜੀ ਬਿਲਕੁਲ ਹੱਕਾ ਦਾ ਹੈਗਾ ਪਰ ਹੈ ਤਾਂ ਸਾਡੀ ਬਰਾਦਰੀ ਦੇ ਜਿਹੜੇ ਦਵਾਂਦੇ ਜਵਾਕਾਂ ਨੂੰ ਜੀ ਹਾਂਜੀ ਹਾਂਜੀ ਗੱਲ ਜੇਕਰ ਸੁਣਨ ਨੂੰ ਆਪਾਂ ਚੱਲਦੇ ਨੇ ਤਾਂ ਆਪਾਂ ਨੂੰ ਇਹ ਗੱਲ ਸੁਣਦੇ ਹੋਏ ਥੋੜਾ ਜਿਹਾ ਹਾਸਾ ਜ਼ਰੂਰ ਆਉਂਦਾ ਹੈ ਕਿ ਬੱਚੇ ਜਦੋਂ ਖੇਡਣ ਲਈ ਸਵੇਰੇ ਜਾਂਦੇ ਨੇ ਤਾਂ ਜਿਹੜੇ ਲੋਕਾਂ ਨੇ ਆਪਣੇ ਘਰ ਦੇ ਵਿੱਚ ਪਾਲਤੂ ਕੁੱਤੇ ਰੱਖੇ ਹੋਏ ਨੇ ਉਹਨਾਂ ਨੂੰ ਮਾਰਨਿੰਗ ਸੈਰ ਕਰਵਾਉਂਦੇ ਨੇ ਤਾਂ ਉਹ ਬੱਚਿਆਂ ਨੂੰ ਖੇਡਦੇ ਆਂਦੇ ਦੇਖ ਕੇ ਉਹਨਾਂ ਦੇ ਮਗਰ ਉਹਨਾਂ ਨੂੰ ਡਰਾ ਦਿੰਦੇ ਕਿ ਅਸੀਂ ਤੁਹਾਡੇ ਮਗਰ ਹੀ ਕੁੱਤੇ ਪਾ ਦਿੰਨੇ ਆ ਸੋ ਸਿਟੀ ਲਾਈਵ ਚੈਨਲ ਦੇ ਜ਼ਰੀਏ ਪਿੰਡ ਕੋਠੇਪੋਣਾ ਦੇ ਵਸਨੀਕਾਂ ਨੂੰ ਇੱਕ ਗੱਲ ਕਹਿਣੀ ਚਾਹਾਂਗੇ ਕਿ ਕੋਠੇਪੋਣਾ ਔਰ ਪਿੰਡ ਬੀੜ ਗਾਗੜਾ ਗਵਾਂਢੀ ਪਿੰਡ ਹੈ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੀ ਔਰ ਜੇਕਰ ਆਪਾਂ ਗੱਲ ਕਰੀਏ ਸੰਯੁਕਤ ਮੋਰਚਾ ਅੰਦੋਲਨ ਦੀ ਤਾਂ ਦੇਖੋ ਕਿ ਪੰਜਾਬ ਔਰ ਹਰਿਆਣਾ ਨੇ ਗਵਾਂਢੀ ਰਾਜਾਂ ਨੇ ਦੋ ਸਕੇ ਭਾਈਆਂ ਮੰਗੂ ਖੜੇ ਹੋ ਕੇ ਅੱਜ ਸੰਯੁਕਤ ਮੋਰਚੇ ਨੂੰ ਕਿੱਥੇ ਲੈ ਕੇ ਪਹੁੰਚੇ ਨੇ ਤੇ ਇਹ ਤਾਂ ਫਿਰ ਪਿੰਡ ਦੇ ਬੱਚਿਆਂ ਦੇ ਖੇਡਣ ਦੀ ਗੱਲ ਐ ਸੋ ਕੋਠੇਪੌਣੇ ਦੇ ਵਸਨੀਕਾਂ ਨੂੰ ਔਰ ਖਾਸ ਕਰਕੇ ਕੋਠੇਪੌਣੇ ਦੇ ਸਰਪੰਚ ਸਰਦਾਰ ਲਕਸ਼ਮਣ ਸਿੰਘ ਜੀ ਨੂੰ ਕਹਿਣਾ ਚਾਹਾਂਗੇ ਕਿ ਜਰਾ ਆਪਣੇ ਪਿੰਡ ਦੇ ਵਸਨੀਕਾਂ ਵੱਲ ਗੌਰ ਕਰੋ ਤੇ ਇਹਨਾਂ ਨੂੰ ਬੇਨਤੀ ਕਰੋ ਕਿ ਜੇਕਰ ਨਾਲ ਗਵਾਂਢੀ ਪਿੰਡ ਦੇ ਵਿੱਚ ਖੇਡ ਗਰਾਊਂਡ ਨਹੀਂ ਹੈ ਤੇ ਉਹ ਬਗਵਾਂਡੀ ਪਿੰਡੇ ਦੇ ਬੱਚੇ ਤੁਹਾਡੇ ਪਿੰਡ ਆ ਰਹੇ ਨੇ ਤਾਂ ਮਿਲ ਵਰਤ ਕੇ ਖੇਡਣ ਦੀ ਇੱਛਾ ਉਹਨਾਂ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਪਿੰਡ ਬੀੜ ਗਾਗਣਾ ਤੋਂ ਕਰੀਬ 7-8 ਕਿਲੋਮੀਟਰ ਇੱਕ ਪਿੰਡ ਹੈ ਚਚਰਾੜੀ ਜਿੱਥੇ ਹਾਕੀ ਦੀ ਜਿਹੜੀ ਇੱਕ ਟੀਮ ਹੈ ਬਹੁਤ ਹੀ ਵਧੀਆ ਔਰ ਉੱਥੇ ਦੇ ਜਿਹੜੇ ਖੇਡ ਗਰਾਊਂਡ ਆ ਉਹ ਵੀ ਬਹੁਤ ਵਧੀਆ ਹੈ ਔਰ ਉਸ ਪਿੰਡ ਦੇ ਨਾਲ ਲੱਗਦੇ ਹੋਰ ਗਵਾਂਢੀ ਪਿੰਡਾਂ ਤੋਂ ਬੱਚੇ ਆ ਕੇ ਉੱਥੇ ਹਾਕੀ ਖੇਡਦੇ ਨੇ ਸੋ ਇਹ ਮਿਸਾਲ ਪਿੰਡ ਕੋਠੇ ਪੁਨਾ ਦੇ ਵੀ ਜੇਕਰ ਬਸਨੀਕ ਦੇਣ ਤਾਂ ਜਿਆਦਾ ਵਧੀਆ ਲੱਗੇਗਾ ਜੇਕਰ ਆਪਾਂ ਸਰਪੰਚ ਸਾਹਿਬ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦੀ ਇਹ ਚਾਣਣਾ ਆਪਾਂ ਉਹ ਤੁਹਾਡੇ ਪਿੰਡ ਬੀੜ ਗਾਗੜਾ ਵਿੱਚ ਨਸ਼ੇ ਦੇ ਕੀ ਹਾਲਾਤ ਨੇ ਸਾਡੇ ਪਿੰਡ 'ਚ ਨਸ਼ਾ ਇਹ ਛਿੱਟਾ ਛੁੱਟਾ ਨਹੀਂ ਜੀ ਚੱਲਦਾ ਜੀ ਚਲੋ दारू ਪੀਂਦੇ ਆ ਮੁੰਡੇ ਮਾੜੀ ਮੁੱਟੀ ਉਹ ਆਥਨ ਸਵੇਪ ਕੰਮ ਕਰਦੇ ਆ ਚਲੋ ਪੀ ਜਾਂਦੇ ਆ ਜੀ ਤੇ ਤੁਹਾਡੇ ਸ਼ਬਦਾਂ ਨਾਲ ਜਿਹੜੀ ਆ ਸ਼ਰਾਬ ਹੈ ਨਸ਼ਾ ਨਹੀਂ ਆ ਉਹ ਨਸ਼ਾ ਤਾਂ ਹੈਗਾ ਜੀ ਇਹਨੂੰ ਮੰਨਿਆ ਨਹੀਂ ਨਾ ਜਾਂਦਾ ਸ਼ਰਾਬ ਨੂੰ ਨਸ਼ਾ ਜੀ ਨਸ਼ਾ ਤਾਂ ਜਿਹੜਾ ਉਹ ਫੀਮ ਡੋਡੇ ਆ ਜੀ ਕਿੱਟਾ ਨਸ਼ਾ ਤਾਂ ਉਹ ਮੰਨਿਆ ਜਾਂਦਾ ਜੀ ਸ਼ਰਾਬ ਨੂੰ ਨਹੀਂ ਨਸ਼ਾ ਮੰਨਿਆ ਜਾਂਦਾ ਤੇ ਸ਼ਰਾਬ ਨੂੰ ਕਿਉਂ ਨਹੀਂ ਨਸ਼ਾ ਮੰਨਦੇ ਜਦੋਂ ਕਿ ਸ਼ਰਾਬ ਪੀ ਕੇ ਤਾਂ ਘਰ ਦੇ ਹਾਲਾਤ ਆ ਆਦਮੀ ਲੋਕ ਜਿਆਦਾ ਖਰਾਬ ਕਰ ਦਿੰਦੇ ਆ ਫਿਰ ਹੁਣ ਕੀ ਕਰੀਏ ਜੀ ਹੁਣ ਤਾਂ ਛੱਡਦੇ ਨਹੀਂ ਮੰਦਿਰ ਜੀ ਤਾਂ ਜੇ ਤੁਹਾ ਪਿੰਦੇ ਆ ਤਾਂ ਫਿਰ ਆਪਾਂ ਹੁਣ ਕਿਉਂ ਕਿਸੇ ਨਾਲ ਲੜਾਈ ਕਰੀ ਜਾਈਏ ਜੀ ਹਾਂਜੀ ਤੇ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੇ ਵਿੱਚ ਇਸ ਸਮੇਂ ਹੱਡਾ ਰੋੜੀ ਦਾ ਕੀ ਪ੍ਰਬੰਧ ਹੈ ਹੱਡਾ ਰੋੜੀ ਸਾਡੇ ਹੈਗੀ ਆ ਜੀ ਪਿੰਡ 'ਚ ਚਾਰ ਦੀ ਵਾਰੀ ਹੋਈ ਹੈ ਹਾਂਜੀ ਹੋਈ ਵੀ ਆ ਜੀ ਤੁਹਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਕਿੰਨੇ ਆ ਸਾਡੇ ਗੁਰਦੁਆਰਾ ਸਾਹਿਬ ਇੱਕੋ ਹੀ ਆ ਜੀ ਤੇ ਤੁਹਾਡੇ ਪਿੰਡ ਦੇ 'ਚ ਸ਼ਮਸ਼ਾਨ ਘਾਟ ਦੇ ਕੀ ਹਾਲਾਤ ਨੇ ਸਾਡੀ ਸ਼ਮਸ਼ਾਨ ਘਾਟ ਇੱਕੋ ਹੀ ਆ ਜੀ ਉਹਦੇ 'ਚ ਹੁਣ 21 ਇੰਟਰਲੌਕ ਲਾਈ ਆ ਸੀ ਜੀ ਪਹਿਲਾਂ ਤਾਂ ਉੱਥੇ ਘਾ ਹੀ ਹੁੰਦਾ ਸੀ ਸੂਆ ਹੋਇਆ ਹੋੜੇ-ਘੋੜੇ ਜੀ ਇੱਕ ਜੀ ਇੰਟਰਲੌਕ ਲਵਾ ਕੇ ਜਾਣੀ ਅਸੀਂ ਵਧੀਆ ਜਿੱਥੇ ਬੰਦਿਆਂ ਨੇ ਬਹਿਣਾ ਖੜਨਾ ਉਹ ਬਹੁਤ ਵਧੀਆ ਜਗ੍ਹਾ ਬਣاتی 11000 ਟਾਈਲ ਉਹ ਤੇ ਇੰਟਰਲੌਕ ਲੱਗ ਗਈ ਜੀ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲਬਾਤ ਕੀਤੀ ਇੰਟਰਲੌਕ ਟੈਲਾਂ ਦੀ ਹੁਣ ਖੁੱਲ ਕੇ ਜਰਾ ਚਾਨਣਾ ਪਾਓ ਹਾਂਜੀ ਆਪਣੇ ਦਿਮਾਗ ਦਾ ਮੈਮਰੀ ਕਾਰਡ ਤੇਜ਼ ਕਰਕੇ ਕਿ ਤੁਹਾਡੇ ਪਿੰਡ ਦੇ ਵਿੱਚ ਕਿੰਨੀਆਂ ਗਲੀਆਂ ਨੇ ਜਿਨ੍ਹਾਂ ਦੇ ਵਿੱਚ ਇੰਟਰਲੌਕ ਟੈਲਾਂ ਲੱਗ ਗਈਆਂ ਸਾਢੇ 2 ਗਲੀਆਂ ਚ ਹਜੇ ਲੱਗੀਆਂ ਜੀ ਇੱਕ ਤਾਂ ਮੇਨ ਜਿਹੜੀ ਗੁਰੂ ਘਰ ਕੋਲੋਂ ਆਉਂਦੀ ਆ ਪਿੰਡ ਦੇ ਦੂਏ ਪਾਸੇ ਚਲੀ ਜਾਂਦੀ ਆ ਜੀ ਵੱਡੀ ਸੜਕ ਆ ਉਹਦੇ ਤੇ 33000 ਟਾਇਲ ਲੱਗੀ ਐ ਅਂਟਰਲੋਕ ਜੀ ਇੱਕ ਛੋਟੀ ਜਿਹੀ ਗਲੀ ਆ ਉਹ 400 ਫੁੱਟ ਲੰਬੀ ਆ 12 ਫੁੱਟ ਚੌੜੀ ਆ ਜੀ ਉਹਤੇ ਤੇ 11 ਕ ਹਜ਼ਾਰ ਉਹਦੇ ਤੇ ਲੱਗੀ ਆ ਜੀ ਤੇ 11 ਕ ਹਜ਼ਾਰ ਹੁਣ ਅਸੀਂ ਹੋਰ ਉੱਥੇ ਲੱਗਦੀ 25000 ਆ ਮਿਲੀ ਹਜੇ ਸਾਨੂੰ ਉਹਦਾ ਜਿਹੜਾ ਪੈਸੇ ਮਿਲੇ ਸੀ ਉਹ ਫਸੇ ਬੈਠੇ ਆ ਉਹ ਸਾਨੂੰ ਮਿਲ ਨਹੀਂ ਰਹੇ ਹਜੇ ਅਸੀਂ 11000 ਸਟਾਕੇ ਵੀ ਪਸਤਾਉਣੇ ਆ ਵੀ ਉਹ ਪੈਸੇ ਸਹੀ ਨਾ ਪੈ ਜਾਣ ਸਾਡੇ ਜੀ ਉਹਦਾ ਪੈਸਾ ਜਿਹੜਾ ਸੀ 14ਵੇਂ ਮਹੀਨੇ ਚ ਪੈਣਾ ਸੀ ਉਹ 15ਵੇਂ ਚ ਪੈ ਗਿਆ ਉਹ ਨਿਕਲ ਨਹੀਂ ਰਿਹਾ ਬੈਂਕ ਵਾਲੇ ਵੀ ਕਹਿੰਦੇ ਸਾਡੇ ਹੱਥ ਖੜੇ ਜੀ ਨਿਕਲਦੇ ਨਹੀਂ ਇਹ ਦੇਖਣ ਵਾਲੀ ਗੱਲ ਇਹ ਹੈ ਲੋਕਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਜਦੋਂ ਉਹ ਸਰਪੰਚ ਕਿਸੇ ਨੂੰ ਬਣਾ ਲਿੰਦੇ ਨੇ ਤਾਂ ਉਹਦੀ ਜ਼ਿੰਮੇਵਾਰੀ ਇਹ ਪਿੰਡ ਦੇ ਵਿਕਾਸ ਕੰਮ ਕਰਨੇ ਪਰ ਜਦੋਂ ਇੱਕ ਪਿੰਡ ਦਾ ਇਨਸਾਨ ਸਰਪੰਚ ਬਣ ਜਾਂਦਾ ਹੈ ਤੇ ਜਦੋਂ ਇਲੈਕਸ਼ਨ ਆ ਜਾਂਦੀਆਂ ਨੇ ਤਾਂ ਉਹਦੀ ਚਿੰਤਾ ਦਾ ਵਿਸ਼ਾ ਹੁੰਦਾ ਹੈ ਕਿ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਉਹ ਆਪਣੇ ਪਿੰਡ ਦੇ ਵਿਕਾਸ ਕੰਮ ਕਰਵਾ ਸਕੇ ਔਰ ਜਦੋਂ ਖਾਸ ਕਰਕੇ ਸੱਚਾ ਸੁੱਚਾ ਇਮਾਨਦਾਰ ਵਿਅਕਤੀ ਜੋ ਹਰੀ ਸਿੰਘ ਵਾਂਗੂ ਇੱਕ ਇੱਕ ਕੈਲਕੂਲੇਸ਼ਨ ਯਾਦ ਰੱਖਦਾ ਹੋਵੇ ਕਿ ਉਹਦੀ ਗਲੀ ਵਿੱਚ ਕਿੰਨੀਆਂ ਇੰਟਰਲੌਕ ਟੈਲਾਂ ਲੱਗੀਆਂ ਨੇ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਪੀਣ ਦੇ ਪਾਣੀ ਦਾ ਕੀ ਪ੍ਰਬੰਧ ਹੈ ਕਿਉਂਕਿ ਸਾਨੂੰ ਤੁਹਾਡੇ ਪਿੰਡ 'ਚ ਪਾਣੀ ਦੀ ਟੈਂਕੀ ਨਜ਼ਰ ਨਹੀਂ ਆਈ ਉਹ ਤਾਂ ਸਾਡੇ ਜੀ ਸਿੱਧੀ ਮੋਟਰ ਚੱਲਦੀ ਆ ਜੀ ਅਰੇ ਟੈਂਕੀ ਤਾਂ ਬਣੀ ਨਹੀਂ। ਯਾਨੀ ਹੁਣ ਅਸੀਂ ਮੰਗ ਕੀਤੀ ਸੀਗੀ ਸੰਦੀਪ ਸਿੰਘ ਸਾਧੂ ਨੂੰ ਵੀ ਸਾਡੇ ਟੈਂਕੀ ਬਣ ਜਾਵੇ। ਉਹਦੇ ਘਰ ਵਾਲੀ ਆਈ ਸੀਗੀ। ਉਹਨਾਂ ਨੂੰ ਮੰਗ ਕੀਤੀ ਸੀ ਵੀ ਸਾਡੇ ਟੈਂਕੀ ਪਾਣੀ ਵਾਲੀ ਹੈ ਨਹੀਂ। ਜੀ। ਇਹ ਸਾਡੇ ਛਿੱਧੀ ਮੋਟਰ ਚੱਲ ਰਹੀ ਆ। ਜੀ। ਉਹ ਕਹਿੰਦੇ ਵੀ ਤੁਹਾਡਾ ਜਰੂਰ ਹੱਲ ਕਰਾਂਗੇ ਇਹ ਅਸੀਂ। ਜੀ। ਵੀ ਕੋਈ ਨਹੀਂ ਇਹਦਾ ਦੇਖਾਂਗੇ ਵੀ ਜਦੋਂ ਆਪਣਾ ਕੋਈ ਕੰਮ ਹੋ ਗਿਆ ਬਣ ਗਿਆ ਫਿਰ ਤੁਹਾਨੂੰ ਜਰੂਰ ਇਹ ਚੋ ਗ੍ਰਾਂਟ ਦੇਵਾਂਗੇ ਤੇ ਤੁਹਾਡੀ ਟੈਂਕੀ ਬਣਾਵਾਂਗੇ। ਬਹੁਤ ਹੀ ਵਧੀਆ ਗੱਲ ਹੈ ਕਿ ਪਿੰਡ ਬੀੜਗਾਗੜਾ ਦੇ ਵਸਨੀਕ ਔਰ ਪਿੰਡ ਬੀੜਗਾਗੜਾ ਦੀ ਜਿਹੜੀ ਪੰਚਾਇਤ ਹੈ ਆਪਣੇ ਸਰਪੰਚ ਸਰਦਾਰ ਹਰੀ ਸਿੰਘ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਔਰ ਅੰਤ ਦੇ ਵਿੱਚ ਔਰ ਜਦੋਂ ਤੁਹਾਡੇ ਪਿੰਡ ਦੇ ਬੀੜਗਾਗੜਾ ਦੇ ਵਿੱਚ ਖੇਡ ਗਰਾਊਂਡ सरपंच साहब आजीगा ते इक रूल बना दियो कि ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਨੇ ਕੁੱਤਿਆਂ ਨੂੰ ਲੈ ਕੇ ਜਾਂਦੇ ਨੇ ਉਹਨਾ ਬੱਚਿਆਂ ਦੇ ਮਗਰ ਨਾ ਕੁੱਤੇ ਲਗਾਣ ਜੀ ਨਹੀਂ ਸਾਡੇ ਤਾਂ ਮੀਰਪੁਰ ਹਾਂਸ ਦੋ ਪਿੰਡ ਸਾਡੇ ਨੇੜੇ ਆ ਜੀ ਇਹਨਾਂ ਦੋਨਾਂ ਪਿੰਡਾਂ 'ਚ ਗਰਾਂਡ ਨਹੀਂ ਅਸੀਂ ਤਾਂ ਕਹਿੰਦੇ ਸਮਾਂ ਉਹ ਬੱਚੇ ਸਮਾਂ ਇੱਥੇ ਆ ਜਾ ਕਹਿੰਦੇ ਸਾਡੇ ਪਿੰਡ ਜੀ ਸਾਡੇ ਪਿੰਡ 'ਚ ਨਹੀਂ ਜੀ ਕੋਈ ਕੁੱਤਾ ਬੇਲਾ ਲੰਮਦਾ ਜੀ ਹਾਂ ਜੀ ਪੰਜਾਬੀ ਮਾਂ ਬੋਲੀ ਨੂੰ ਇਸ ਵਾਰ ਵੀ ਤੁਹਾਡੇ ਆਪਣੀ ਸਿਟੀ ਲਾਈਵ ਚੈਨਲ ਦੇ ਜ਼ਰੀਏ ਹਲਕਾ ਦਾਖਾ ਦੇ ਪਿੰਡ ਬੀਲ ਗਾਗੜਾ ਦੇ ਸਰਪੰਚ ਸਰਦਾਰ ਹਰੀ ਸਿੰਘ ਜੀ ਦੇ ਅੱਗੇ ਦੇ ਕਮਾਂਕਾਰਾਂ ਦਾ ਮੇਰਵਾ ਜਾਣਨ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ